ਸਤਿ ਸ਼੍ਰੀ ਜੀ ਸਾਰਿਆਂ ਨੂੰ, ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਪਿੰਡ ਬਹਾਦਰਪੁਰ ਪਹੁੰਚ ਚੁੱਕੇ ਹਾਂ, ਜ਼ਿਲ੍ਹਾ ਗੁਰਦਾਸਪੁਰ ਪੈਂਦਾ ਜੀ, ਤਹਿਸੀਲ ਬਟਾਲਾ। ਦੇਖੋ ਬਾਈਆਂ ਕੋਲ ਆ ਚੁੱਕੇ ਹਾਂ, ਅੱਜ ਵੀ ਬਾਈਆਂ ਕੋਈ 8-10 ਲੱਖ ਰੁਪਏ ਝੋਟੀਆਂ ਸੇਲ ਆ, ਪਰ ਝੋਟੀਆਂ ਇੱਕ ਨਗੀਨੇ ਝੋਟੀਆਂ ਕੁਆਲਿਟੀ ਵਾਲੀਆਂ, ਪਰ ਝੋਟੀਆਂ ਜਿਹੜੇ ਬਾਈ ਉਹਨੂੰ ਲੈ ਕੇ ਆਉਂਦੇ ਆ ਬਸ ਪਹਿਲੇ ਦੂਜੇ। ਠੀਕ ਹੈ, ਜਾਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਜੀ, ਵਧੀਆ ਰੋਣ ਕਿਆ ਲੱਗੇ ਤੁਹਾਡੇ ਬਟਾਲੇ ਸ਼ਹਿਰ ਚ? ਬਾਬਾ ਜੀ ਵਿਆਹ ਆ ਗਿਆ, ਸਾਨੂੰ 1.5 ਘੰਟਾ ਲੱਗ ਗਿਆ ਨਿਕਲਦੇ ਨਿਕਲਦੇ ਸ਼ਹਿਰ ਬਾਜ਼ਾਰ ਚ। ਬਹੁਤ ਤੁਹਾਨੂੰ ਪਤਾ ਹੀ ਆ, ਸੁਲਤਾਨਪੁਰੋਂ ਆਉਣੀ ਸੰਗਤ ਹੋਰ ਰਾਜਸਥਾਨ, ਸੁਲਤਾਨਪੁਰ ਲੋਧੀ ਤੋਂ ਸੰਗਤ ਆਉਣੀ। ਹਾਂ ਉੱਥੋਂ ਆਉਣੀ ਉਹਨਾਂ ਦੀ। ਹਾਂਜੀ ਹਾਂਜੀ, ਬਹੁਤ ਰਸ ਹੋਏ ਨਾ ਸਾਮਾਨ ਸਾਤਾ। ਕੱਲ੍ਹ ਆ ਜੀ ਫਿਰ। ਹਾਂਜੀ ਹਾਂਜੀ, ਕੱਲ੍ਹ ਕੱਲ੍ਹ ਆ, ਪਰ ਅੱਜ ਵੀ ਰਸ ਬਹੁਤ ਹੈ, 3-4 ਦਿਨ ਰਸ ਰਹਿਣਾ ਜਾਣਾ। ਅੱਜ ਵੀ ਮੇਲੇ ਦਾ ਬਣਿਆ ਪਿਆ, ਸੰਗਤ ਆਉਂਦੀ ਆ, ਕੰਧ ਸਾਹਿਬ ਬੜਾ ਮੱਥਾ ਲੋਕੀ ਟੇਕਣ ਆਉਂਦੇ। ਹਾਂਜੀ, ਬਹੁਤ ਰੌਣਕ ਲੱਗੀ ਆ ਜੀ, ਬਾਬੇ ਨਾਨਕ ਦਾ ਵਾਰ ਆ। ਵਾਹ ਜੀ ਵਾਹ, ਹਰ ਸਾਲ ਦੁਨੀਆ ਵੱਧਦੀ ਜਾਂਦੀ ਆ, ਮਾਰ ਚੜਦੀ ਗਲੇ ਰਹੇ ਵਗਰੇ ਜੀ ਸਾਰਾ ਦਿਨ। ਚਲੋ ਵਧੀਆ, ਹਾਂ ਇਦਾਂ ਹੀ ਸੰਗਤ ਆ। ਬਾਜੀ ਬਾਤ ਮਮਾ ਕੇ ਪਹੁੰਚ। ਬਿਲਕੁਲ ਬਿਲਕੁਲ ਜੀ। ਹਾਂਜੀ ਭਾਜੀ, ਤੇ ਕਿੰਨੇ ਵੇਗਾ ਮਾਲ ਸਾਰਾ ਪਿਛਲਾ? ਹਾਂਜੀ ਵੇਗਾ ਭਾਜੀ। ਅੱਜ ਬਾਜੀ ਫਿਰ ਕਿੰਨੇ ਆ? ਅੱਜ 9-10 ਝੋਟੀਆਂ ਜੀ। ਹਾਂਜੀ 9-10 ਝੋਟੀਆਂ ਜੀ। 9-10 ਝੋਟੀਆਂ ਕਰੀ ਸ਼ੁਰੂ ਜੀ। ਹਾਂਜੀ, ਇਹ ਜੀ ਪਹਿਲਾ ਸੂਆ ਭਾਜੀ, 2-10 ਝੋਟੀ ਜੀ। ਅੱਛਾ, 2-10 ਝੋਟੀ ਹੈ ਜੀ ਪਹਿਲਾ ਸੂਆ। 12 ਕਿਲੋ ਨੈਟ ਤਿਆਰ ਜੀ। 12 ਕਿਲੋ ਉਹ ਜੀ, 12 ਕਿਲੋ ਦਾ ਨੈਟ ਤਿਆਰ ਆ, ਪਰ ਝੋਟੀ ਦਾ ਕੱਦ ਦੇਖੋ, ਬੜੀ ਖੂਬਸੂਰਤ ਝੋਟੀ ਆ, ਘਰ ਦਾ ਘਾਬੜ ਦਾ ਹੁੰਦਾ ਹੀ ਹੈ ਜੀ। ਠੀਕ ਆ, ਉਹ ਚੁਆਈ ਵਧੀਆ ਭਾਈ ਜੀ? ਬਸ ਠੀਕ ਆ, ਠੀਕ ਆ, ਬਿਲਕੁਲ ਭਾਜੀ ਬਿਲਕੁਲ। ਨਹੀਂ ਬਹੁਤ ਬਹੁਤ ਬੇਲ ਆ ਝੋਟੀ, ਖੱਟਾ ਘੱਟੇ ਦੀ ਕੱਟਾ ਮਗਰ ਹੈ। ਠੀਕ ਆ, ਚਲੋ ਬੱਚੇ ਬਾਹਰ ਵੇਖ ਲਾਂ ਕੋਈ ਆਪਾਂ, ਨਹੀਂ ਠੀਕ ਆ। ਬੋਲੋ ਭਾਈ, ਮੁੱਲ ਤੇ ਕਿੱਤੀ ਕਰੀ ਜਾਂਦੇ, ਝੋਟੀ ਚੰਗੀ ਆ, 1.5 ਦੀ ਦੇ ਦਾਂਗੇ। ਇੱਕੋ ਹੀ ਗੱਲ ਜੈ ਜੀ, 1.20 ਦੀ ਭਾਜੀ ਦੇ ਦਾਂਗੇ, ਛੋੜੀ ਹੋਣੀ ਝੋਟੀਆਂ, ਸਿਰਾ ਹੀ ਕੱਟ ਕੇ ਲੈ ਕੇ ਨਾ ਲੈ ਕੇ। ਹਾਂ ਬਸ ਜੀ, ਬਸ ਬਸ, ਕੋਈ ਗੱਲ ਨਹੀਂ, ਚੰਗੇ ਫਿਰ ਇਹੋ ਪਸੰਦ ਲੱਭਣ ਟਾਈਮ ਲੱਗਦਾ। ਬਿਲਕੁਲ ਜੀ ਬਿਲਕੁਲ, ਨਹੀਂ ਠੀਕ ਆ, ਬਿਲਕੁਲ ਜੀ ਆ ਜਾਓ। ਬੱਚਾ ਕੱਟਾ ਗਏ ਨੇ ਵੀ, ਚਲੋ ਤੋਰੋ ਜੀ ਉਹਨੂੰ ਵੀ। ਲਓ ਜੀ ਵੇਖੋ, ਇਹ ਵੀ ਵੱਡੀ ਝੋਟੀ ਆ, 4-10 ਝੋਟੀ ਜੀ ਪਹਿਲਾ ਸੂਆ, ਪਰ ਝੋਟੀਆਂ ਸਾਰੀਆਂ ਵੱਡੀਆਂ, ਛੋਟੀ ਛੋਟੀ ਕੋਈ ਵੀ ਹੈ ਨਹੀਂ ਮੇਰੇ ਵੀਰ, ਪਰ ਵੱਡੀਆਂ ਸਮਝ ਕੇ ਆਇਆ ਜੇ। ਹਾਂਜੀ ਹਾਂਜੀ ਹਾਂ, ਆਜੋ ਆਜੋ ਜੀ ਆਜੋ, ਦਿਖਾਓ ਮੂੰਹ ਮੰਗ ਰਹੇ ਚੰਗੀ ਜੀ। ਠੀਕ ਆ ਜਾਓ, ਨਹੀਂ ਠੀਕ ਆ ਜੀ, ਬਹੁਤ ਭਾਰੀ ਝੋਟੀ ਭਾਜੀ, ਹਾਂਜੀ ਭਾਜੀ ਬੋਲੋ ਭਾਜੀ, ਮੁੱਲ ਤੇ 1.20 ਕਰੀ ਜਾਈਦਾ, 1.15 ਦੇ ਦਾਂਗੇ, ਹੋਰ ਜਾਣ ਦੋ, 1.10 ਦੀ ਦੇ ਦਾ, ਬਸ ਜਾਣ ਦੋ ਆ ਜਾਓ, 1,10,000 ਦੀ, 1.8 ਦੀ, 1.8 ਦੀ ਚੱਲਣ ਦੋ ਝੋਟੀ, 1.8, ਨਹੀਂ ਠੀਕ ਆ, ਜੈ ਜੀ ਜੈ ਜੀ, ਗੱਲ ਬਿਲਕੁਲ ਜੀ ਬਿਲਕੁਲ। ਕਿਆ ਹਾ ਭਾਈ ਜੀ, 2-10 ਦੋ, ਲੋ ਜੀ 2-10 ਝੋਟੀ ਹੈ ਜੀ, 11 ਕਿਲੋ ਤਿਆਰ ਆ, ਤੇ ਵੇਖੀ ਜਾਓ ਨਾ, ਹਜੇ ਹੋਰ ਬੜੀਆਂ ਟੋਪ ਟੋਪ ਜੀ ਪਈਆਂ ਝੋਟੀਆਂ,
ਹੁਣ ਕਿੰਨਾ ਦੁੱਧ ਹੈ ਜੀ? 11 ਕਿਲੋ ਹੋ ਜਾਏਗਾ ਭਾਜੀ। 11 ਕਿਲੋ ਇਸ ਟਾਈਮ ਤੋਂ ਤਿਆਰ ਹੈ ਜੀ? ਦੇਖੋ ਖਾਂਸੀ ਬਹੁਤ ਨਹੀਂ ਠੀਕ ਆ। ਦੋ ਦਾਣਾ ਨਾ ਜੀ? ਦਿਖਾਓ ਮੂੰਹ ਮਾ। ਅੱਛਾ ਮਗਰ ਵੀ ਕੱਟੀ ਆ। ਆ ਜਾਓ ਹਾਂਜੀ, ਬਸ ਆ ਜਾਓ। ਹਾਂਜੀ ਫਿਰ ਭਾਜੀ ਇੱਕ ਪੰਜ ਦੀ ਚੱਲਣ ਦੋ। ਚਲੋ ਬਿਲਕੁਲ ਆ ਜਾਓ। ਇਹ ਵੀ ਲਿਆਓ ਜੀ, ਇਹ ਵੀ ਦੋ ਦਾਂਦੀ ਆ। ਅੱਛਾ ਖੀਰੀ ਆ, ਪਹਿਲਾਂ ਮੂੰਹ ਖਾਈਏ ਫਿਰ ਇਹਦਾ। ਨਹੀਂ ਰੰਗ ਵੇਖੀ ਆ ਨਾ ਭਾਜੀ, ਥੱਲੇ ਕੋਲ ਮਾੜਾ ਬਹੁਤ ਸੋਹਣੀ ਝੋਟੀ ਆ। ਦੁੱਧ ਕਿੰਨਾ ਜੀ? ਅੱਛਾ 10 ਕਿਲੋ ਆ। ਲਓ ਜੀ ਖੀਰੀ ਝੋਟੀ ਆ, ਦੁੱਧ 10 ਕਿਲੋ ਆ, ਪਰ ਬਹੁਤ ਸੋਹਣੀ ਝੋਟੀ ਆ। ਨਿੱਕਾ ਸਿੰਘ ਬਿਲਕੁਲ ਹਾਂਜੀ, ਨਹੀਂ ਰੰਗ ਬੜਾ ਸੋਹਣਾ, ਨਸਲ ਬੜੀ ਝੋਟੀ ਦੇ, ਨਸਲ ਬਹੁਤ ਝੋਟੀ ਦੇ ਭਾਜੀ। ਧਿਆਨ ਨਾਲ ਧਿਆਨ ਨਾਲ, ਨਸਲ ਬੜੀ ਝੋਟੀ ਦੀ। 10 ਕਿਲੋ ਤਾਂ ਪੱਕਾ ਹੀ ਹੈ ਜੀ? ਬਸ ਠੀਕ ਆ, ਚਲੋ ਠੀਕ ਆ, ਠੀਕ ਠੀਕ ਆ। ਹਾਂਜੀ ਫਿਰ ਬੋਲੋ ਭਾਜੀ, ਮੁੱਲ ਤੇ 1-5 ਕਰੀ ਜਾਂਦੇ ਆ, ਪੂਰੇ ਦੀ ਦੇ ਦਾਂਗੇ 1 ਲੱਖ ਦੀ। ਹਾਂਜੀ 2 ਹੋਰ ਛੱਡ ਦਾਂਗੇ। 98 ਦੇ ਚੱਲਣ ਦੋ, ਚਲੋ ਠੀਕ ਆ, ਬਸ ਠੀਕ ਆ। ਕਿਆ ਹੈ ਜੀ ਭਾਜੀ? 6 ਦਾਂ ਝੋਟੀ ਹੋਈ, 6 ਦੂਜਾ ਸੂਆ, 13 ਕਿਲੋ ਦੁੱਧ ਤਿਆਰ ਹੈ ਇਸ ਟਾਈਮ। ਲਓ ਜੀ 6 ਦਾਂ ਝੋਟੀ ਹੈ, 13 ਕਿਲੋ ਦੁੱਧ ਆ। ਲਓ ਇਹ ਵੀ ਦੇਖੋ ਥਾਣੇ ਵੀ ਵੇਖੋ, ਥਾਂਦਾ ਚੌਥੇ ਸੂਆ ਲੱਗਾ। ਹਾਂਜੀ ਬਿਲਕੁਲ ਬਿਲਕੁਲ ਜੀ। ਹਾਂ ਦੇਖੋ ਵੱਡੀਆਂ ਝੋਟੀਆਂ ਸਾਰੀਆਂ, ਜ਼ਬਰਦਸਤ ਝੋਟੀਆਂ ਠੀਕ ਆ। ਆ ਜਾਓ ਆ ਜਾਓ ਆ ਲੈ ਜਾਓ। ਬੱਚੇ ਬੁੱਚੇ ਬਾਕੀ ਬਾਕੀ ਭਾਜੀ ਦੱਸ ਦੇ ਬੱਚੇ ਹੈ, ਬੱਚੇ ਕੋਲ ਪਸ਼ੂ ਵਾਲੇ ਪਤਾ ਨਹੀਂ ਲੱਗਦਾ ਬੱਚੇ ਦੇ। ਬੱਚੇ ਆ ਵੇਖੋ ਸਾਰੇ ਤਾਜ਼ੇ ਬੱਚੇ ਜੀ, ਕੱਟੀ ਕੱਟਾ ਇਹ ਤੁਸੀਂ ਫੋਨ ਤੇ ਗੱਲ ਕਰਦਾ। ਹਾਂਜੀ ਹਾਂਜੀ ਬੋਲੋ ਭਾਜੀ, 1-15 ਦੇ ਦਾਂਗੇ, 1-15 ਠੀਕ ਆ ਠੀਕ ਆ ਠੀਕ। ਆਹ ਜੀ 2 ਦੰਦ, ਲੋ ਜੀ 2 ਦੰਦ ਝੋਟੀ ਦੇ ਵੀ ਦੇਖੋ ਵੱਡੀ ਅੱਛਾ ਮਗਰ ਕੱਟੀ ਹੈ ਜੀ। ਆ ਜਾਓ ਕਰਾਂ ਭਾਜੀ, ਚੁਆਈ ਨੀ ਪੂਰੀ ਬੰਬ ਭਾਜੀ, ਕੋਈ ਚੱਕਰ ਨੀ ਠੀਕ। ਆ ਮੂੰਹ ਦੇ ਨਿਸ਼ਾਨ ਜੇ ਕਰੇ ਜੀ ਭਾਜੀ, ਇੱਥੇ ਮੂੰਹ ਦੇ ਸਾੜੀ ਸੁੜੀ ਤਾਂ ਨੀ ਠੀਕ। ਆ ਜਾਓ ਜੀ ਆ ਜਾਓ ਲਿਆਓ। ਠੀਕ
ਹਾਂਜੀ ਬਾਜੀ ਫਿਰ ਇਹਦੀ ਕੀਮਤ ਜੀ? ਹਾਂਜੀ ਹਾਂਜੀ ਲੱਖ ਦੀ ਚਲੋ ਠੀਕ ਆ, 95 ਦੀ ਜਾਣ ਦੋ, ਚਲੋ ਪਰਲੀ ਵੀ ਛੋਟੀਆਂ ਸਾਰੀਆਂ ਵੱਡੀਆਂ ਪਰ ਵਾਰ ਵਾਰ ਕਹੀ ਛੋਟੀਆਂ ਸਾਰੀਆਂ ਵੱਡੀਆਂ, ਨਿੱਕੀਆਂ ਛੋਟੀਆਂ ਕੋਈ ਵੀ ਹੈ ਨੀ? ਅੱਛਾ ਦੂਜਾ ਸੂਆ, ਦੂਜਾ ਸੂਆ 6 ਦਾ ਝੋਟੀ ਜੀ, 12 ਕਿਲੋ ਦੁੱਧ ਆ ਜੀ, ਲੋ ਮਗਰ ਕੱਟੀਏ ਜੀ ਇਹਦੇ, ਤੇ ਵੇਖੋ ਲਾਸਟ ਪੀਸ ਰਹਿ ਗਿਆ ਮੈਂ ਹਨਾ ਜੀ, ਐਂਡ ਵਾਲਾ ਪੀਸ ਆ। ਅੱਛਾ ਉਧਰ ਖੜੀਆਂ, ਬਸ ਠੀਕ ਆ, ਵੇਖੋ ਪੱਕਾ ਹੀ ਬਸ ਠੀਕ ਆ। ਠੀਕ ਆ ਆ ਜਾਓ ਲਿਆ ਜਾਓ। ਹਾਂਜੀ ਫਿਰ ਇੱਕ ਪੰਜ ਦੀ ਇੱਕ ਤਿੰਨ ਦੀ, ਚਲੋ ਠੀਕ ਆ। ਚਲੋ ਮਗਰ ਉਧਰ ਕਿੰਨੀਆਂ? ਦੋ ਆ ਜਾਓ, ਟੁਕੜਾ ਹੀ ਹਜ਼ਰਾਈਆਂ ਇਹ ਭਾਜੀ ਟੁਕੜਾ। ਅੱਛਾ ਇਹ ਟੁਕੜਾ, ਹਾਂਜੀ ਖਾਲੀ ਕੇ ਦੇਈਏ ਆਪਾਂ ਫਿਰ। ਦੁੱਧ ਕਿੰਨੇ ਕਹਿੰਦਾ ਜੀ? ਸਾਢੇ ਪੰਜ ਛੇ ਕਿਲੋ ਤਿਆਰ ਹੈ। ਠੀਕ ਆ ਆ ਜਾਓ। ਚੌਂਕੀ ਝੋਟੀ ਭਾਜੀ ਚਾਰ ਦੰਦ ਆ, ਚਾਰ ਦੰਦ ਠੀਕ ਆ। ਤੇ ਬਾਜੀ ਫਿਰ ਕੀਮਤ ਇਹਦੀ? ਭਾਜੀ ਕੀਮਤ ਮੁੱਲ ਤੇ 60,000 ਕਰੀ ਜਾਂਦੇ ਆ, 55 ਦੇ ਦਾਂਗੇ। ਚਲੋ ਠੀਕ, 55 ਪੂਰਾ 50 ਨਹੀਂ ਜਾਣ ਦੋ। ਚਲੋ ਇਹ ਦੁੱਧ ਕਿੰਨੇ ਥੱਲੇ ਜੀ? 7 ਕਿਲੋ ਦੁੱਧ, 7 ਕਿਲੋ ਜੀ। ਆ ਦੇਖੋ ਤੇ ਇਹ ਵੀ ਗੱਬੜ ਹੈ ਨੀ, ਖਾਲੀ ਗਈ ਆਪਾਂ। ਤੇ ਬਜੀ ਦੀ ਫਿਰ ਕੀਮਤ? ਹਾਂਜੀ 55 50 ਜੋੜਾ, ਲੱਖ ਦੀ ਜਾਣ ਦੋ ਦੋਵੇਂ। ਲਓ ਜੀ ਤੋਰੋ, ਜਾਣ ਤਾਂ ਕੁਛ ਨੀ ਹੁੰਦਾ, ਟੋਕੜੇ ਘਰ ਸਾਂਭ ਲਓ ਕੋਈ ਵਿਚਾਰਾ। ਵੱਡੀਆਂ ਝੋਟੀਆਂ ਜੀ, ਤੇ ਲੱਖ ਦਾ ਜੋੜਾ ਲੈ ਜਾਂਦੇ ਘਰਾਂ ਦੇ। ਆ ਦੇਖੋ ਵੱਡੀਆਂ ਝੋਟੀਆਂ, ਦੁੱਧ ਵੀ ਹੈਗਾ, 6-6-7 ਕਿਲੋ ਦੁੱਧ ਹੈਗਾ। ਬਣੀਆਂ ਬੁਣੀਆਂ ਹੈ ਨੀ, ਪਰ ਖਾਲੀ ਸਮਝ ਕੇ ਲੈ ਕੇ ਜਾਣਾ ਆਪਾਂ, ਖਾਲੀ ਕੇ ਲਈ ਕੀ ਫਿਰ ਬਣੀਆਂ ਕਿ ਨਹੀਂ ਜੀ, ਗਾਂ ਕਿਸੇ ਕਿਸਮਾਂ ਦਾ। ਚਲੋ ਆ ਜਾਓ, ਚੰਗੀਆਂ ਦੇਖੋ ਜੀ ਆਹ ਪਸ਼ੂ ਭਾਈਆਂ ਕੋਲ ਜੀ, ਪਰ ਮੇਰਾ ਵੀ ਰਾਹ ਇੱਥੇ ਚੁਆਈ ਕਰੋ, ਚੈੱਕ ਕਰੋ, ਪਾਸ ਕਰੋ, ਠੀਕ ਹੈ ਜੀ। ਪਰ ਹੁੰਦਾ ਬੜਾ ਟਾਈਮ ਹੋ ਗਿਆ ਬਾਈ, ਵੀਡੀਓ ਬਣਾਉਂਦੇ ਨੇ, ਹੁੰਦਾ 3-4 ਸਾਲ ਹੋ ਗਏ ਆ। ਕਿਹੜਾ ਮਾਡਲ ਹੈ ਜੀ? 12 ਮਾਡਲ ਠੀਕ ਆ ਆ ਜਾਓ। ਰੀਜਨ ਜੀ ਬਾਈ ਜੀ ਨੰਬਰ ਕਿਸ ਦਾ? ਲੁਧਿਆਣਾ ਹੈ, ਲੁਧਿਆਣਾ ਠੀਕ ਆ। ਇਹ ਕਾਪੀ ਤੁਹਾਡੇ ਨਾਲ ਹੀ ਆ? ਨਹੀਂ ਕਾਪੀ ਉਹ ਪਿਛਲੇ ਨਾਂ ਦੇ ਪਹਿਲੇ ਹੁੰਦੇ ਸੀ। ਇਹਦੀ ਕੀਮਤ? ਇਹਦਾ 260 ਲੈ ਲਾਂਗੇ, 2,60,000। ਹਾਂਜੀ 2.5 ਦੀ ਭਾਈ ਜੀ, 2.5 ਦੀ ਜੈਸ ਨੋਈ ਹੈ। ਚਲੋ ਠੀਕ ਹੈ, ਇਹ ਭਾਰੀ ਮਿਲਦੀ ਨਹੀਂ ਪਰ ਚਲਾਓ ਚਲਾਓ ਚੰਗੀ ਆ। ਦੇਖੋ ਜੀ ਆਹ ਗੱਡੀ ਆ ਤੇ ਬਾਕੀ ਮੱਝਾਂ, ਬਾਕੀ ਆਓ ਮੇਰੇ ਵੀਰ ਚੈੱਕ ਕਰਕੇ ਚੋਈ ਕਰਕੇ, ਕੋਈ ਵੀ ਪਸ਼ੂ ਲੈਣਾ ਠੀਕ ਹੈ, ਆਰਾ ਪੂਰਾ ਤਸੱਲੀ ਨਾਲ ਹੈ ਨਾ ਭਾਈ ਜੀ।
ਬਿਲਕੁਲ ਬਿਲਕੁਲ 150 ਗ੍ਰਾਮ ਘੱਟ ਵੱਧ ਜਾਏ ਕਹਿ ਨਹੀਂ ਸਕਦੇ। ਹਾਂਜੀ ਨੰਬਰ ਜੀ 1982852 ਪਿੰਡ ਬਹਾਦਰਪੁਰ ਜ਼ਿਲ੍ਹਾ ਗੁਰਦਾਸਪੁਰ। ਸਤਿ ਸ਼੍ਰੀ ਅਕਾਲ ਭਾਈ।